ਤਾਂ ਸੀਸੀਟੀਵੀ ਦੇ ਵਿੱਚ ਦਿਖਾਈ ਦੇਣ ਵਾਲੀਆਂ ਤਸਵੀਰਾਂ ਇੱਕ ਵਾਰ ਤੁਹਾਡੇ ਵੀ ਰੋਂਗਟੇ ਖੜ੍ਹੇ ਕਰ ਦੇਵੇਗੀ ਕਿ ਕਿਵੇਂ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਮੋਟਰਸਾਈਕਲ ਉੱਤੇ ਸਵਾਰ 3 ਜੀ ਅਚਾਨਕ ਸੀਵਰੇਜ ਦੇ ਵਿੱਚ ਜਾ ਡਿੱਗਦੇ ਨੇ ਅਤੇ ਜਿਹੜੇ ਲੋਕ ਉੱਥੇ ਮੌਜੂਦ ਹੁੰਦੇ ਨੇ ਉਹਨਾਂ ਨੂੰ ਵੀ ਭਾਜੜਾਂ ਪੈ ਜਾਂਦੀਆਂ ਨੇ, ਜਿਹਨਾਂ ਵੱਲੋਂ ਮੌਕੇ ਉੱਤੇ ਹੀ ਇਹਨਾਂ 3 ਜਣਿਆਂ ਦਾ ਰੈਸਕਿਊ ਕਰ ਦਿੱਤਾ ਜਾਂਦਾ। ਦਰਅਸਲ ਜਾਣਕਾਰੀ ਇਵੇਂ ਨਿਕਲ ਕੇ ਸਾਹਮਣੇ ਆਈ ਹੈ ਕਿ ਸੜਕ ਨਿਰਮਾਣ ਅਧੀਨ ਹੈ ਅਤੇ ਇਸਦੇ ਨਾਲ ਸੀਵਰੇਜ ਦਾ ਖੁੱਲ੍ਹਾ ਜਿਹੜਾ ਟੋਆ ਪੁੱਟਿਆ ਹੋਇਆ ਹੈ ਅਤੇ ਇਸਦੇ ਵਿੱਚ ਨਗਰ ਨਿਗਮ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ, ਜਿਸ ਦੇ ਵਿੱਚ ਇੱਕ ਖਤਰਨਾਕ ਘਟਨਾਕ੍ਰਮ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਚੁੱਕੀ ਹੈ। ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮੋਟਰਸਾਈਕਲ ਉੱਤੇ ਸਵਾਰ ਇੱਕ ਜੀ ਆਪਣੇ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਦੇ ਦੌਰਾਨ ਘਰ ਲੈ ਕੇ ਆ ਰਿਹਾ ਹੁੰਦਾ ਹੈ ਤਾਂ ਖੱਡੇ ਦੇ ਕੋਲ ਇਹਨਾਂ ਦਾ ਮੋਟਰਸਾਈਕਲ ਜਿਹੜਾ ਅਸੰਤੁਲਨ ਹੋ ਜਾਂਦਾ ਹੈ, ਜਿਸ ਦੌਰਾਨ ਸਿੱਧਾ ਜਾ ਕੇ ਬੱਚੇ ਸਮੇਤ ਪਿਓ ਡੂੰਘੇ ਖੱਡੇ ਦੇ ਵਿੱਚ ਜਾ ਡਿੱਗਦਾ ਹੈ। ਦੱਸਿਆ ਜਾ ਰਿਹਾ ਕਿ 18 ਫੁੱਟ ਡੂੰਘਾ ਇੱਕ ਖੱਡਾ ਹੈ ਜਿਸ ਦੇ ਵਿੱਚ 3 ਜੀ ਸਕਿੰਟਾਂ ਦੇ ਵਿੱਚ ਹੀ ਗਿਰ ਜਾਂਦੇ ਨੇ, ਜਿਸ ਤੋਂ ਬਾਅਦ ਆਲੇ ਦੁਆਲੇ ਲੋਕਾਂ ਨੂੰ ਜਿਹੜੀਆਂ ਨੇ ਭਾਜੜਾਂ ਪੈ ਜਾਂਦੀਆਂ ਨੇ। ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੜੀ ਹੀ ਮੁਸ਼ਕਲ ਦੇ ਨਾਲ ਇਹਨਾਂ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਮਾਮਲੇ ਦੇ ਸੰਬੰਧ ਵਿੱਚ ਨਿਰਮਲ ਸਿੰਘ ਸਾਬਕਾ ਚੇਅਰਮੈਨ ਵੱਲੋਂ ਵੀ ਦੱਸਿਆ ਗਿਆ ਕਿ ਉਹਨਾਂ ਨੂੰ ਈਸਟ ਮੈਨ ਚੌਂਕ ਤੋਂ ਢੰਡਾਰੀ ਰੋਡ ਦੀ ਉਸਾਰੀ ਸੰਬੰਧੀ ਘਟਨਾ ਸੰਬੰਧੀ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਢੰਡਾਰੀ ਰੋਡ ਉੱਤੇ ਸੜਕ ਤੋਂ ਪੈਰ ਤਿਲਕਣ ਦੇ ਨਾਲ ਇੱਕ ਵਿਅਕਤੀ ਆਪਣੇ ਬੱਚੇ ਸਮੇਤ ਖੁੱਲ੍ਹੇ ਸੀਵਰੇਜ ਦੇ ਵਿੱਚ ਜਾ ਡਿੱਗ ਗਿਆ। ਉਹਨਾਂ ਵੱਲੋਂ ਵੀ ਦੱਸਿਆ ਗਿਆ ਕਿ 18 ਫੁੱਟ ਡੂੰਘਾ ਇਹ ਸੀਵਰੇਜ ਦਾ ਖੱਡਾ ਹੈ, ਪਰ ਇਸ ਵਿਚਾਲੇ ਕਈ ਤਰ੍ਹਾਂ ਦੇ ਵੱਡੇ ਸਵਾਲ ਖੜ੍ਹੇ ਹੁੰਦੇ ਨੇ ਕਿ ਜਦੋਂ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਅਜਿਹਾ ਕੰਮ ਕੀਤਾ ਜਾਂਦਾ ਹੈ ਤਾਂ ਕੋਈ ਵੀ ਕਿਸੇ ਗੱਲ ਦਾ ਧਿਆਨ ਨਹੀਂ ਦਿੱਤਾ ਜਾਂਦਾ, ਕੋਈ ਵੱਡੇ ਹਾਦਸੇ ਨੂੰ ਸੱਦਾ ਦੇਣ ਵਾਲੇ ਜਿਹੜੇ ਕੰਮ ਉਹਨਾਂ ਵੱਲੋਂ ਕੀਤੇ ਜਾਂਦੇ ਨੇ। ਜੋ ਅਜਿਹੀ ਜੋ ਤਸਵੀਰ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਕਿ ਜੇ ਹੋਰ ਜ਼ਿਆਦਾ ਡੂੰਘਾ ਖੱਡਾ ਹੁੰਦਾ ਤਾਂ 3 ਜੀਆਂ ਦਾ ਜਾਨੀ ਨੁਕਸਾਨ ਹੋ ਸਕਦਾ ਸੀ। ਤਾਂ ਇਸ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਹੋਰ ਕੀ ਕੁਛ ਕਿਹਾ ਜਾ ਰਿਹਾ ਸੁਣਦੇ ਹਾਂ। ਮੈਂ ਚੌਂਕ ਵਿਖੇ ਕੀ ਹਾਦਸਾ ਹੋਇਆ ਜੀ? ਮੈਂ ਨਿਰਮਲ ਸਿੰਘ, ਸਾਬਕਾ ਚੇਅਰਮੈਨ ਡੀਸੀ ਕਮਿਸ਼ਨ ਪੰਜਾਬ। ਅੱਜ ਮੇਰੇ ਕੋਲੋਂ ਤਕਰੀਬਨ 1:30 ਵਜੇ ਦੇ ਨੇੜੇ ਤੇੜੇ ਮੈਨੂੰ ਫੋਨ ਆਇਆ ਕਿ ਈਸਟਮੈਨ ਚੌਂਕ ਤੋਂ ਜਿਹੜੀ ਢੰਡਾਰੀ ਰੋਡ ਬਣ ਰਹੀ ਆ ਉਹਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੁਣ ਟਲ ਗਿਆ। ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਈਸਟਮੈਨ ਚੌਂਕ ਤੋਂ ਜਿਹੜੀ ਢੰਡਾਰੀ ਨੂੰ ਸੜਕ ਜਾਂਦੀ ਆ ਉਹਦੇ 'ਤੇ ਪਿਛਲੇ ਸਮੇਂ ਤੋਂ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ, ਉਹਦੇ ਸੜਕ ਬਣ ਰਹੀ ਆ ਅਤੇ ਅੱਜ 1 ਵਜੇ ਦੇ ਆਸ ਪਾਸ ਇੱਕ ਨੌਜਵਾਨ ਆਪਣੇ ਬੱਚਿਆਂ ਨੂੰ ਉਹਦੇ ਬੱਚਿਆਂ ਨੂੰ ਸਕੂਲੋਂ ਲੈਣ ਜਾ ਰਿਹਾ ਸੀ ਅਤੇ ਲੈ ਕੇ ਵਾਪਸ ਆਇਆ। ਜਦੋਂ ਉਹ ਢੰਡਾਰੀ ਸਕੂਲ ਤੋਂ ਆਪਣੇ ਬੱਚੇ ਵਾਪਸ ਲੈ ਕੇ ਈਸਟਮੈਨ ਚੌਂਕ ਨੂੰ ਆ ਰਿਹਾ ਸੀਗਾ, ਜਦੋਂ ਉਸ ਮੇਨ ਹੌਲ ਦੇ ਕੋਲ ਪਹੁੰਚਿਆ ਅਤੇ ਉਹਦਾ ਪੈਰ ਸਲਿੱਪ ਹੋਣ ਦੇ ਨਾਲ ਉਹ ਸਮੇਤ ਆਪਣੇ ਬੱਚਿਆਂ ਦੇ ਉਸ ਵੱਡੇ ਸੀਵਰੇਜ ਦੇ ਵਿੱਚ ਗਿਰ ਗਿਆ, ਜਿਹੜਾ ਸੀਵਰੇਜ ਤਕਰੀਬਨ 18-20 ਫੁੱਟ ਡੂੰਘਾ ਵਾ। ਉਹ ਸੀਵਰੇਜ ਜਿਹੜਾ ਡਾਟਾਂ ਦੇ ਨਾਲ ਵੱਡਾ, ਜਿਹਨੂੰ 60 ਇੰਚੀ ਕਹਿੰਦੇ, 60-65 ਇੰਚੀ ਜੋ ਵੀ ਮੌਕੇ ਮੁਤਾਬਕ ਹੈਗਾ, ਉਹ ਵੱਡਾ ਸੀਵਰੇਜ ਜਿਹੜਾ ਉਹ ਡਾਟਾਂ ਵਾਲਾ ਪਿਆ ਹੋਇਆ। ਇਹ